ਛੱਤ ਤੋਂ ਸਿੱਧਾ ICU ਪਹੁੰਚਿਆ 21 ਸਾਲਾਂ ਦਾ ਇਹ ਮੁੰਡਾ। ਲੋਹੜੀ ਮੌਕੇ ਚੜਾ ਰਿਹਾ ਸੀ ਛੱਤ ਤੇ ਗੁੱਡੀਆਂ, ਪੈਰ ਤਿਲਕਣ ਕਰਕੇ ਹੋ ਗਿਆ ਇਹ ਹਾਲ। ਤੁਸੀਂ ਵੀ ਰੱਬ ਅੱਗੇ ਇਸ ਦੇ ਬਚਾਅ ਲਈ ਕਰੋ ਅਰਦਾਸ। ਦਰਅਸਲ ਗੁਰਦਾਸਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਲੋਹੜੀ ਦੇ ਤਿਉਹਾਰ ਮੌਕੇ 21 ਸਾਲਾਂ ਦਾ ਇਹ ਨੌਜਵਾਨ, ਜੋ ਕਿ ਘਰ ਦਾ ਕੱਲਾ ਮੁੰਡਾ ਏ, ਦਿਹਾੜੀ ਕਰਕੇ ਘਰ ਦੇ ਗੁਜ਼ਾਰਾ ਚਲਾਉਂਦਾ ਏ, ਤਾਂ ਲੋਹੜੀ ਮੌਕੇ ਆਪਣੀ ਛੱਤ ਤੇ ਖੜ ਕੇ ਗੁੱਡੀਆਂ ਉਡਾ ਰਿਹਾ ਸੀ। ਅਚਾਨਕ ਇਸ ਦਾ ਪੈਰ ਤਿਲਕਦਾ ਏ, ਇਹ ਸਿੱਧਾ ਛੱਤ ਤੋਂ ਹੇਠਾਂ ਡਿੱਗਿਆ, ਤੇ ਜਦ ਇਹ ਹੇਠਾਂ ਡਿੱਗਿਆ ਤੇ ਇਸ ਦਾ ਸਿਰ ਪਹਿਲਾਂ ਸਿੱਧਾ ਜਾ ਕੇ ਧਰਤੀ ਤੇ ਵੱਜਦਾ ਏ, ਜਿਸ ਕਰਕੇ ਇਸ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ, ਜਿਸ ਕਰਕੇ 3 ਦਿਨ ਹੋ ਗਏ ਨੇ ICU ਦੇ ਵਿੱਚ ਭਰਤੀ ਹੈ, ਵੈਂਟੀਲੇਟਰ ਤੇ ਹੈ ਨੌਜਵਾਨ। 21 ਸਾਲਾਂ ਦਾ ਇਹ ਮਹਿਜ਼ ਨੌਜਵਾਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਏ। ਰੱਬ ਅੱਗੇ ਤੁਸੀਂ ਵੀ ਅਰਦਾਸ ਕਰੋ ਤਾਂ ਕਿ ਇਹ ਬਚ ਜਾਵੇ। ਆਓ ਇਸ ਦੇ ਪਰਿਵਾਰਕ ਮੈਂਬਰਾਂ ਕੋਲੋਂ ਜਾਣਦੇ ਹਾਂ ਕਿ ਆਖਿਰਕਾਰ ਇਹ ਹਾਦਸਾ ਕਿਸ ਵੇਲੇ ਵਾਪਰਿਆ, ਤੇ ਡਾਕਟਰ ਤੋਂ ਵੀ ਜਾਣਾਂਗੇ ਕਿ ਇਸ ਦੇ ਬਚਣ ਦੀ ਉਮੀਦ ਕਿੰਨੀ ਕੁ ਹੈ। ਗੱਲ ਬਈ ਏਦਾਂ ਹੀ ਪਤੰਗ ਚੜਾਉਂਦਾ ਪਿਆ ਸੀ, ਪਤੰਗ ਸਾਹਿਲ, ਉਮਰ ਕਿੰਨੀ ਹੈ? ਉਮਰ ਹੈਗੀ 21 ਸਾਲਾਂ। 21 ਸਾਲ ਉਮਰ? ਹਾਂਜੀ। ਕਿੱਥੋਂ ਡਿੱਗਿਆ? ਕੋਟ ਤੋਂ ਡਿੱਗਾ ਸੀ, ਮੋਂਟੀ ਸੀ ਨਾ, ਮੋਂਟੀ ਤੋਂ ਡਿੱਗ ਪਿਆ, ਬਨੇੜਾ ਵੀ ਹੈ। ਸੱਟ ਕਾਫੀ ਲੱਗੀ ਹੈ ਜੀ, ਸਿਰ ਤੇ ਲੱਗੀ ਹੈ। ਕਿੱਦਾਂ ਦੀ ਘਟਨਾ ਹੈ? ਲੋਹੜੀ ਵਾਲੇ ਦਿਨ। ਕੀ ਕਰਕੇ ਆਈ ਸਾਰੀ? ਪਤੰਗ ਚੜਾਉਂਦਾ ਖਤਰੇ ਚ ਬਾਹਰ ਹੀ ਆ ਹੁਣ ਤਾਂ। ਹੁਣ ਤਾਂ ਠੀਕ ਆ, ਨੋਰਮਲ ਹੀ ਆ, ਉਹਦਾ ICU ਚ ਹੀ ਆ। ਹਾਂਜੀ। ਫੱਜੂਪੁਰ ਪੈਂਦਾ, ਧਾਰੀਵਾਲ। ਕੀ ਗੱਲਬਾਤ ਹੋਈ ਤੁਹਾਡੇ? ਜਿਹੜਾ ਮੁੰਡਾ ਦੱਸ ਰਿਹਾ, ਡਿੱਗ ਗਿਆ ਜੀ ਕੋਠੇ ਤੋਂ। ਕਿਵੇਂ ਡਿੱਗ ਗਿਆ? ਪਤੰਗ ਚੜਾਉਂਦਾ ਚੜਾਉਂਦਾ। ਕਿੱਦਾਂ ਦੀ ਗੱਲ? ਪਰਸੋਂ ਦੀ, ਲੋਹੜੀ ਵਾਲੇ ਦਿਨ ਦੀ। ਹਾਲਤ 'ਚ ਲਿਆਉਂਦਾ ਠੀਕ ਹੈ, ਤੋ ਥੋੜ੍ਹਾ ਬਹੁਤਾ ਠੀਕ ਹੈ, ਇੱਥੇ ਲਿਆਉਂਦਾ। ਕਿੰਨੀ ਸੱਟ ਲੱਗੀ? ਸੱਟ ਸਿਰ 'ਚ ਲੱਗੀ। ICU 'ਚ? ਸਾਡੇ ਕੋਲ ਲੋਹੜੀ ਵਾਲੇ ਦਿਨ ਇੱਕ ਸਾਹਿਲ ਨਾਮ ਦਾ ਲੜਕਾ, ਜੋ ਕਿ ਧਾਰੀਵਾਲ ਦੇ ਆਸ ਪਾਸ ਦਾ ਰਹਿਣ ਵਾਲਾ ਸੀਗਾ, 21 ਸਾਲ ਉਮਰ ਹੈ ਉਹਦੀ, ਔਰ ਉਹ ਪਤੰਗ ਉਡਾਉਂਦਾ ਆਪਣੀ ਛੱਤ ਤੋਂ ਡਿੱਗ ਗਿਆ ਸੀਗਾ, ਜਿਹਦੇ ਕਰਕੇ ਉਹ ਐਮਰਜੈਂਸੀ ਵਿੱਚ ਉਹ ਲੈਂਡ ਅਪ ਹੋਇਆ, ਅਤੇ ਉਹਦੀ ਕੰਡੀਸ਼ਨ ਜਿਹੜੀ ਸੀਗੀ ਉਹ ਬਹੁਤ ਮਾੜੀ ਸੀਗੀ, ਜਿਹਨੂੰ ਸਾਹ ਵੀ ਉਹਦੇ ਜਿਹੜੇ ਸੀਗੇ ਖਰਾਬ ਹੋ ਗਏ ਹੋਏ ਸੀਗੇ, ਔਰ ਬਿਲਕੁਲ ਵੀ ਉਹਨੂੰ ਸੁਰਤ ਨਹੀਂ ਸੀਗੀ, ਉਹਦੀ ਬ੍ਰੇਨ ਇੰਜਰੀ ਜਿਹੜੀ ਹੈ ਉਹ ਹੋ ਗਈ ਹੋਈ ਸੀ। ਔਰ ਉਸ ਤੋਂ ਬਾਅਦ ਸਾਡੀ ਸਾਰੀ ਟੀਮ ਨੇ, ਕ੍ਰਿਟੀਕਲ ਟੀਮ ਨੇ, ਨਿਊਰੋ ਟੀਮ ਨੇ, ਸਾਰਿਆਂ ਨੂੰ ਐਗਜ਼ਾਮਿਨ ਕੀਤਾ, ਉਸੇ ਵੇਲੇ ਉਹ ਬੱਚੇ ਨੂੰ ਆਪਾਂ ਵੈਂਟੀਲੇਟਰ 'ਤੇ ਸਾਨੂੰ ਪਾਉਣਾ ਪਿਆ, ਜਿਹਦੇ ਵਿੱਚ ਉਹਦੀ ਜਦੋਂ CT ਸਕੈਨ ਕਰਾਈ ਤਾਂ ਉਹਦੇ ਵਿੱਚ ਡਿਫਿਊਜ਼ ਐਗਜ਼ੋਨਲ ਇੰਜਰੀ ਜਿਹੜੀ ਹੈ ਉਹ ਆਈ ਹੈ, ਜਿਹਦੇ ਵਿੱਚ ਇੱਕ ਖਤਰਾ ਤਾਂ ਹੁੰਦਾ ਆ ਜਾਨ ਦਾ, ਬਟ ਸਾਡੀ ਸਾਰੀ ਟੀਮ ਦੇ ਐਫਰਟ ਦੇ ਨਾਲ ਬੱਚਾ ਜਿਹੜਾ ਆ ਹਾਲੇ ਇੰਪਰੂਵ ਕਰ ਰਿਹਾ, ਕਿਉਂਕਿ ਉਹ ਆਪਾਂ ਜੇ ਗੱਲ ਕਰੀਏ 13 ਤਰੀਕ ਵਾਲੇ ਦਿਨ ਦੀ, ਤਾਂ ਹੁਣ 15 ਤਰੀਕ ਆ ਅੱਜ, ਤਾਂ ਅੱਜ 2 ਦਿਨਾਂ ਦੇ ਵਿੱਚ ਉਹ ਕਾਫੀ ਇੰਪਰੂਵਮੈਂਟ ਉਹ ਬੱਚੇ 'ਚ ਦੇਖੀ ਗਈ ਹੈ, ਹਾਲੇ ਸਟਿਲ ਜਿਹੜਾ ਬੱਚਾ ਆ ਉਹ ਵੈਂਟੀਲੇਟਰ ਦੇ ਉੱਤੇ ਹੈਗਾ,
ਬਟ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਆਪਾਂ ਹੌਲੀ ਹੌਲੀ ਉਸਨੂੰ ਵੈਂਟੀਲੇਟਰ ਤੋਂ ਉਤਾਰ ਕੇ ਉਹਨੂੰ ਠੀਕ ਕਰਕੇ ਭੇਜਾਂਗੇ। ਬਾਕੀ ਪਰਮਾਤਮਾ ਦੇ ਹੱਥ 'ਚ ਹੈ, ਪਰ ਸਾਡੀ ਜਿਹੜੀ ਪੂਰੀ ਟੀਮ ਹੈ ਦਿਓਲ ਮਲਟੀ ਸਪੈਸ਼ਲਿਟੀ ਹੋਸਪਿਟਲ ਦੀ, ਉਹ ਸਾਰੀ ਜਿਹੜੀ ਇਸ ਬੱਚੇ ਦੀ ਦੇਖ ਰੇਖ 'ਚ ਲੱਗੀ ਹੋਈ ਹੈ।